रवि फोन बंद कर लो जी, सारे फोन साइलेंट ते कर लियो, फोन साइलेंट ते कर लो। सारे दोस्तों नु बेनती है जेडे कोई किसाना मुसलमान ने सारे मीडिया दे साथियों दा बहुत बहुत धन्यवाद। अज दी मीटिंग च श्री राकेश ढिल्लू मंडी मजदूर यूनियन, श्री सुन्नी खटक ਉਹ ਵੀ ਮੰਡੀ ਮਜ਼ਦੂਰ ਯੂਨੀਅਨ ਤੋਂ, ਸਰ ਹਰਪਾਲ ਸਿੰਘ ਢਿੱਲੋਂ ਆੜ੍ਹਤੀ ਐਸੋਸੀਏਸ਼ਨ ਤੋਂ, ਸਰ ਇੰਦਰਜੀਤ ਸਿੰਘ ਜਨਰਲ ਸੈਕਟਰੀ ਰਾਈਸ ਮਿਲਰ ਐਸੋਸੀਏਸ਼ਨ, ਤੇ ਮੈਂ ਬਲਬੀਰ ਸਿੰਘ ਰਾਜੇਵਾਲ, ਸਰ ਰਵਿੰਦਰ ਸਿੰਘ ਚੀਮਾ ਆੜ੍ਹਤੀ ਐਸੋਸੀਏਸ਼ਨ ਤੋਂ, ਸ੍ਰੀ ਰਵੀ ਆਹੂਜਾ ਵਪਾਰ ਮੰਡਲ ਪੰਜਾਬ ਵੱਲੋਂ, ਇਹਨਾਂ ਦੀ ਅਗਵਾਈ ਚ ਅੱਜ ਸਾਰੀ ਇਹ ਮੀਟਿੰਗ ਚੱਲੀ, ਜਿਹਦੇ ਚ ਅਸੀਂ ਮੁੱਖ ਤੌਰ ਤੇ ਚਾਰ ਫੈਸਲੇ ਕੀਤੇ ਹੈ। ਝੋਨੇ ਦੀ ਖਰੀਦ ਇਸ ਵੇਲੇ ਤੱਕ ਰੈਗੂਲਰ ਖਰੀਦ ਸ਼ੁਰੂ ਨਹੀਂ ਹੋਈ, ਨਾ ਉਹਨਾਂ ਦੀ ਮੰਡੀਆਂ ਚੋਂ ਲਿਫਟਿੰਗ ਹੋ ਰਹੀ ਹੈ, ਤੇ ਮੰਡੀਆਂ ਦੇ ਵਿਚ ਗਲੱਟ ਆਇਆ ਹੋਇਆ, ਖੇਤਾਂ ਵਿਚ ਖੜੀ ਜਿਹੜੀ ਜੀਰੀ ਹੈ ਉਹਦੀ ਸ਼ੈਟਰਿੰਗ ਸ਼ੁਰੂ ਹੋ ਗਈ, ਬਹੁਤ ਵੱਡਾ ਨੁਕਸਾਨ ਹੋ ਰਿਹਾ ਕਿਸਾਨਾਂ ਦਾ, ਔਰ ਮੈਂ ਸਮਝਦਾ ਪੰਜਾਬ ਦੀ ਟੋਟਲ ਇਕਾਨਮੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਜੇ ਝੋਨਾ ਖਰੀਦ ਨਹੀਂ ਹੁੰਦਾ ਫਿਰ ਉਹ ਨੇਪਰੇ ਨਹੀਂ ਚੜਦਾ, ਚੌਲ ਲੱਗ ਕੇ ਗੋਦਾਮਾਂ ਚ ਤੇ ਨਹੀਂ ਜਾਂਦਾ ਤਾਂ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਇਹ ਸਾਰੇ ਪੰਜਾਬ ਦਾ ਮਸਲਾ, ਪੰਜਾਬ ਦੀ ਇਕਾਨਮੀ ਦਾ ਮਸਲਾ ਹੈ। ਇਸ ਕਰਕੇ ਅਸੀਂ ਸਮਝਦੇ ਹਾਂ ਵੀ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦੋਨਾਂ ਦੀ ਮਿਲੀ ਭੁਗਤ ਔਰ ਬੇਈਮਾਨੀ ਕਾਰਨ 1 ਅਕਤੂਬਰ ਤੋਂ ਜਿਹੜੀ ਸ਼ੁਰੂ ਹੋ ਜਾਣੀ ਚਾਹੀਦੀ ਸੀ ਝੋਨੇ ਦੀ ਖਰੀਦ, ਉਹ ਅੱਜ ਤੱਕ ਹੋ ਨਹੀਂ ਸਕੀ। ਮੰਡੀਆਂ ਚ ਕਿਸਾਨ ਰੁੜ ਰਹੇ ਨੇ, ਅਸੀਂ ਜਿੱਥੇ ਉਹਨਾਂ ਦੇ ਇਸ ਰਵੱਈਏ ਦੀ, ਕਿਸਾਨ ਵਿਰੋਧੀ ਰਵੱਈਏ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ, ਉੱਥੇ ਅਸੀਂ ਇਹ ਫੈਸਲਾ ਕੀਤਾ ਹੈ ਵੀ ਅੱਜ ਤੋਂ ਬਾਅਦ ਜਿੱਥੇ ਵੀ ਕੋਈ ਆਮ ਆਦਮੀ ਪਾਰਟੀ ਦਾ MLA ਜਾਂ ਮੰਤਰੀ ਮੰਡੀਆਂ ਜਾਏਗਾ ਉਹਨੂੰ ਕਾਲੇ ਝੰਡੇ ਦਿਖਾਏ ਜਾਣਗੇ, ਉਹਦਾ ਘਰਾਓ ਵੀ ਕੀਤਾ ਜਾਏਗਾ। ਮੰਡੀਆਂ ਵਿਚ ਆੜ੍ਹਤੀ ਸਾਰੇ ਪੰਜਾਬ ਵਿਚ ਕਾਲੇ ਝੰਡੇ ਲਾਉਣਗੇ। BJP ਦਾ ਰਵਨੀਤ ਬਿੱਟੂ ਜਿੱਥੇ ਵੀ ਜਾਏਗਾ ਉਹਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਏਗਾ। 18 ਅਕਤੂਬਰ ਨੂੰ ਪੰਜਾਬ ਤੋਂ ਘੱਟੋ ਘੱਟ 1000 ਕਿਸਾਨ ਤੇ ਆੜ੍ਹਤੀ ਮਜ਼ਦੂਰ ਤੇ ਵਪਾਰੀ ਰਾਈਸ ਮਿਲਰ, ਇਹ ਸਾਰੇ ਘੱਟੋ ਘੱਟ 1000 ਬੰਦਾ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦੇਗਾ ਪੱਕੇ ਤੌਰ ਤੇ ਜਦੋਂ ਤੱਕ ਖਰੀਦ ਨਹੀਂ ਹੁੰਦੀ ਉਦੋਂ ਤੱਕ ਧਰਨਾ ਦਿੱਤਾ ਜਾਏਗਾ। ਇਹ ਅੱਜ ਦੇ ਅਸੀਂ ਫੈਸਲੇ ਕੀਤੇ ਹੈ। ਹੁਣ ਕੋਈ ਇਹਦੇ ਬਾਰੇ ਸਵਾਲ ਕਰਨਾ ਕਿਰਪਾ ਕਰਕੇ, ਚੰਡੀਗੜ੍ਹ ਕੋਠੀ ਅੱਗੇ, ਹਾਂਜੀ 18 ਤਾਰੀਖ ਨੂੰ ਮੰਡੀਆਂ ਚ ਕਾਲੇ ਝੰਡੇ ਸਾਰੇ ਆੜ੍ਹਤੀ ਲਾਉਣਗੇ ਤੇ ਰਵਨੀਤ ਬਿੱਟੂ ਦਾ। ਇੱਕ ਵਾਰੀ ਫੇਰ ਰਿਪੀਟ ਕਰਦੇ ਨੇ ਰਾਜੇਵਾਲ ਸਾਹਿਬ, ਮੰਡੀਆਂ ਚ ਕੀ ਹੈ, ਕਾਲੇ ਝੰਡੇ ਕਿਹਨੂੰ ਦਿਖਾਉਣੇ ਤੇ ਲਾਉਣੇ? ਮੰਡੀਆਂ ਚ ਆਮ ਆਦਮੀ ਪਾਰਟੀ ਦੇ MLAs ਤੇ ਮੰਤਰੀ ਜਿਹੜੇ ਵੀ ਮੰਡੀਆਂ ਜਾਣਗੇ ਉਹਨਾਂ ਨੂੰ ਕਾਲੇ ਝੰਡੇ ਵੀ ਦਿਖਾਏ ਜਾਣਗੇ, ਉਹਨਾਂ ਦਾ ਘਰਾਓ ਵੀ ਕੀਤਾ ਜਾਏਗਾ। ਮੰਡੀਆਂ ਵਿਚ ਆੜ੍ਹਤੀ ਸਾਰੀਆਂ ਦੁਕਾਨਾਂ ਤੇ ਕਾਲੇ ਝੰਡੇ ਲਾਉਣਗੇ। BJP ਦੇ ਰਵਨੀਤ ਬਿੱਟੂ ਪੰਜਾਬ ਚ ਜਿੱਥੇ ਵੀ ਜਾਏਗਾ, ਜਿੰਨੀ ਦੇਰ ਤੱਕ ਖਰੀਦ ਨਹੀਂ ਹੁੰਦੀ ਉਹਦਾ ਵਿਰੋਧ ਹੋਏਗਾ ਕਾਲੇ ਝੰਡਿਆਂ ਨਾਲ, ਉਹਨੂੰ ਵੀ ਕਾਲੇ ਝੰਡੇ ਦਿਖਾਏ ਜਾਣਗੇ। ਤੇ 18 ਅਕਤੂਬਰ ਨੂੰ ਘੱਟੋ ਘੱਟ 1000 ਕਿਸਾਨ ਆੜ੍ਹਤੀ ਸ਼ੈਲਰਾਂ ਵਾਲੇ ਮਜ਼ਦੂਰ ਚੀਫ ਮਿਨਿਸਟਰ ਦੀ ਕੋਠੀ ਅੱਗੇ ਚੰਡੀਗੜ੍ਹ ਉੱਥੇ ਧਰਨਾ ਦੇਣਗੇ। ਕੀ ਕਰਨਾ ਨਹੀਂ, ਉੱਥੇ ਬੈਠਾਂਗੇ ਬੈਠਾਂਗੇ ਉੱਥੋਂ ਨਹੀਂ ਉੱਠਦੇ ਜਦੋਂ ਤੱਕ ਖਰੀਦ ਨਹੀਂ ਹੁੰਦੀ। ਹਾਂਜੀ ਟੁੱਲੀ ਜੀ ਕੁਛ ਕਹਿਣਗੇ। ਅੱਜ ਜੋ ਵੀ ਫੈਸਲੇ ਕਿਸਾਨ ਸੰਯੁਕਤ ਮੋਰਚਾ ਦੇ ਵਿੱਚ ਸਾਡੇ ਸੰਯੁਕਤ ਮੋਰਚਾ ਨੇ ਕੀਤੇ ਆ, ਅਸੀਂ ਆਪਣੇ
मंडिया च काम करने वाले अनाज मंडी मजदूर यूनियन मैं राकेश तुली पंजाब के प्रधान वजो अज संयुक्त किसान मोर्चा के नाल कट्ठे होकर चलने की गल की गई है और असी 18 तरीक वाले दिन सीएम भगवंत मान जी के बाहर जिहड़ा धरना देना है उहदे च असी भी इन्हां दे नाल बराबर शमूलियत करांगे और घट्टो घट 200-300 बंदा नाल लिया के इत्थे बवांगे जिन्ना तकन मंडिया च खरीद नहीं कीती जांदी और सारे मसले मंडिया के हल नहीं किए जाते असी इतो इन्हों के नाल बैठे हाँ उन्होंने तक नहीं उठांगे जी। सुनी खटक जी कि एक मिनट मैं सारे इंट्रोड्यूस करा दूं सुनी खटक ਬੰਦੀ ਮਜ਼ਦੂਰ ਯੂਨੀਅਨ ਦੀ ਇਹਨਾਂ ਦੇ ਹਰ ਪੱਖੋਂ ਨਾਲ ਹੈ ਤੇ ਜਦੋਂ ਵੀ ਸਾਨੂੰ ਸੁਨੇਹਾ ਲਾਉਣਗੇ ਅਸੀਂ ਆਪਣੀ ਮੰਡੀਆਂ ਦੇ ਵਿੱਚੋਂ ਲੇਬਰ ਜਿੰਨੀ ਵੀ ਹੋਊਗੀ ਅਸੀਂ ਧਰਨੇ ਲਈ ਲਿਆਉਣ ਨੂੰ ਤਿਆਰ ਹਾਂ। ਬਹੁਤ ਬਹੁਤ ਧੰਨਵਾਦ। ਹਰਪਾਲ ਸਿੰਘ ਢਿੱਲੋਂ ਆੜਤੀ ਐਸੋਸੀਏਸ਼ਨ ਦੇ ਮੀਤ ਪ੍ਰਧਾਨ। ਅੱਜ ਜੋ ਐਸਕੇਐਮ ਨੇ ਜਿਹੜੇ ਵੀ ਫੈਸਲੇ ਕੀਤੇ ਨੇ ਫੈਡਰੇਸ਼ਨ ਆਫ ਆੜਤੀ ਐਸੋਸੀਏਸ਼ਨ ਪੰਜਾਬ ਉਸ ਦੇ ਨਾਲ ਡਟ ਕੇ ਖੜੀ ਹੈ। ਅੱਜ ਤੋਂ ਅਸੀਂ ਅਨਾਊਂਸ ਕਰਦੇ ਹਾਂ ਕਿ ਅਸੀਂ ਆਪਣੀਆਂ ਦੁਕਾਨਾਂ ਤੇ ਕਾਲੇ ਝੰਡੇ ਲਾਵਾਂਗੇ। ਜਦ ਤੱਕ ਪਰਚੇਜ਼ ਨਹੀਂ ਚਾਲੂ ਹੁੰਦੀ ਤੇ ਲਿਫਟਿੰਗ ਨਹੀਂ ਹੁੰਦੀ, ਜਿੰਨਾ ਚਿਰ ਲਿਫਟਿੰਗ ਨਹੀਂ ਹੁੰਦੀ ਅਸੀਂ ਮੰਡੀਆਂ 'ਚ ਜਿਹੜਾ ਵੀ ਕੋਈ MLA ਆਪ ਆਦਮੀ ਪਾਰਟੀ ਦਾ ਆਵੇਗਾ ਜਾਂ ਮਿਨਿਸਟਰ ਆਵੇਗਾ ਉਸਦਾ ਘਰਾਓ ਵੀ ਕਰਾਂਗੇ ਤੇ ਕਾਲੇ ਝੰਡੇ ਵੀ ਦਿਖਾਵਾਂਗੇ। ਸਰ ਇੰਦਰਜੀਤ ਸਿੰਘ ਜਨਰਲ ਸੈਕਟਰੀ ਰਾਈਸ ਮਿਲਰਸ ਐਸੋਸੀਏਸ਼ਨ ਜੋ ਵੀ ਸੰਘਰਸ਼ ਮੋਰਚੇ ਨੇ ਅੱਜ ਫੈਸਲਾ ਕੀਤਾ ਸਾਡੀ ਰਾਈਸ ਇੰਡਸਟਰੀ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇਗੀ। ਉੱਥੇ ਮੈਂ ਇੱਕ ਹੋਰ ਕਹਿਣਾ ਜੋ ਪਹਿਲਾਂ ਵੀ ਗੱਲ ਕਹੀ ਸੀ ਵੀ ਅੱਜ ਗੌਰਮੈਂਟ ਕਹਿੰਦੀ ਹੈ ਵੀ ਸਾਡੇ ਕੋਲ ਜਗ੍ਹਾ ਹੈ ਨਹੀਂ, ਅਸੀਂ ਜਗ੍ਹਾ ਦੇਣ ਨੂੰ ਵੀ ਤਿਆਰ ਹਾਂ, ਬਾਹਰ ਦੇ ਨਾਲ ਦੇਣ ਨੂੰ ਵੀ ਤਿਆਰ ਹਾਂ ਆਪਣੇ ਕਿਸਾਨ ਭਰਾਵਾਂ ਕਰਕੇ, ਤੇ ਉਹ ਆਪਣੀ ਇੱਕ ਸਟੱਡੀ ਸਿੰਗਲ ਸਟੱਡੀ ਦੇ ਵਿੱਚ ਪਰਚੇਜ ਕਰਕੇ ਲਾ ਲੈਣ ਕਿ ਸਾਡਾ ਕਿਸਾਨ ਵਿਹਲੇ ਹੋ ਕੇ ਚਲੇ ਜਾਣ, ਕਿਉਂਕਿ ਸੈਂਟਰ ਗੌਰਮੈਂਟ ਨੇ CC ਦੀ ਲਿਮਿਟ ਜਿਹੜੀ ਹੈ ਉਹ ਰਿਲੀਜ਼ ਕਰ ਦਿੱਤੀ ਗਈ ਹੈ। ਕਿਸਾਨਾਂ ਨੂੰ ਜਾਣ ਬੁੱਝ ਕੇ ਹੈਰਾਨ ਕੀਤਾ ਜਾ ਰਿਹਾ ਮੰਡੀਆਂ 'ਚ, ਜਦੋਂ ਇਹਦੇ ਝੋਨੇ ਦੀ ਖਰੀਦ ਹੋ ਕੇ ਜਦੋਂ ਸ਼ੈਡਰਾਂ ਚਲਾ ਜਾਊਗਾ ਗੌਰਮੈਂਟ, ਉਸ ਤੋਂ ਬਾਅਦ ਜੋ ਵੀ ਉਹਦੀ ਈਲਡ ਕਿੰਨੀ ਨਿਕਲਣੀ ਹੈ ਜਾਂ ਉਹਦੇ ਵਿੱਚ ਡੈਮੇਜ ਕਿੰਨਾ ਜਾਂ ਉਹਦੇ ਵਿੱਚ ਕੀ ਆ, ਬਾਅਦ ਦੇ ਵਿੱਚ ਹੋਊਗਾ ਫੈਸਲਾ। ਪਰ ਕਿਸਾਨਾਂ ਨੂੰ ਆਪਣੇ ਘਰਾਂ ਦੇ ਵਿੱਚ ਭੇਜਣਾ ਚਾਹੀਦਾ, ਅੱਜ ਉਹਨਾਂ ਨੂੰ ਲੋੜ ਹੈ, ਕੱਲ੍ਹ ਨੂੰ ਉਹਨਾਂ ਨੇ ਖਾਦ ਦੀ ਕਮੀ, ਅੱਜ ਖਾਦ ਨਹੀਂ ਹੈਗੀ ਉਹਨਾਂ ਕੋਲ, ਉਹਨਾਂ ਨੇ ਕੱਲ੍ਹ ਬੱਚਿਆਂ ਦੇ ਵਿਆਹ ਵੀ ਕਰਨੇ ਨੇ। ਸੋ ਇਸ ਕਰਕੇ ਸਾਡੀ ਰਾਈਸ ਇੰਡਸਟਰੀ ਜਿਹੜੀ ਹੈ ਕਿਸਾਨ ਕਰਕੇ ਮਜ਼ਦੂਰਾਂ ਕਰਕੇ ਅਸੀਂ ਆਪਣੇ ਮਿੱਲਾਂ ਜਿਹੜੀਆਂ ਫ੍ਰੀ ਆਫ ਕੋਸਟ 'ਤੇ ਸਰਕਾਰ ਨੂੰ ਦੇਣ ਨੂੰ ਤਿਆਰ ਹਾਂ ਵੀ ਉਹ ਝੋਨਾ ਉੱਥੇ ਸਟੋਰ ਕਰਨ ਅਤੇ ਉੱਥੇ ਆਪਣੀ ਸਿੰਗਲ ਸਟੱਡੀ ਦੇ ਚਲਾਉਣ। ਰਵਿੰਦਰ ਸਿੰਘ ਚੀਮਾ ਜੀ ਬਹੁਤ ਹੀ ਸਤਿਕਾਰਯੋਗ SKM ਦੇ ਸਾਰੇ ਹੀ ਆਗੂ ਸਮਾਨ, ਆੜਤੀ ਐਸੋਸੀਏਸ਼ਨ ਦੇ ਸਾਰੇ ਹੀ ਨੁਮਾਇੰਦੇ, ਰਾਈਸ ਮਿਲਰ ਐਸੋਸੀਏਸ਼ਨ, ਸਾਡੇ ਮੰਡੀ ਮਜ਼ਦੂਰ ਸਾਥੀ ਔਰ ਹੋਰ ਵੀ ਵੱਖ ਵੱਖ ਸੰਸਥਾਵਾਂ ਤੋਂ ਆਏ ਸਾਰੇ ਹੀ ਅਹੁਦੇਦਾਰ ਸਭਾਵਾਂ, ਪ੍ਰੈਸ ਦੇ ਨੁਮਾਇੰਦੇ, ਮੈਂ ਆਪ ਦੇ ਧਿਆਨ ਚ ਵਿਸ਼ੇਸ਼ ਤੌਰ ਤੇ ਜੋ ਰਾਜੇਵਾਲ ਸਾਹਿਬ ਨੇ ਫੈਸਲੇ ਤੁਹਾਨੂੰ ਸੁਣਾਏ ਨੇ ਉਹ ਸਾਰੇ ਸਹਿਮਤੀ ਨਾਲ ਹੋਏ ਨੇ। ਮੈਂ ਇਸ ਤੋਂ ਇਲਾਵਾ ਇੱਕ ਤੁਹਾਡੇ ਧਿਆਨ ਚ ਗੱਲ ਲਿਆਉਣੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਨੇ ਜਦੋਂ ਇਸ ਵਾਰ ਫਸਲਾਂ ਦੀ ਝੋਨੇ ਦੀ ਬਿਜਾਈ ਹੋ ਰਹੀ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਹੈਗਾ PR 126, 127, 128, 29, 30, 31 ਜਿਹੜੀਆਂ ਸ਼ੋਰਟ ਟਰਮ ਵਰਾਇਟੀਆਂ ਨੇ ਇਹ ਲਾਓ, ਇਹ ਸਾਰੀਆਂ ਅਸੀਂ ਜਿਹੜੀਆਂ ਨੇ ਗੌਰਮੈਂਟ MSP ਤੇ ਖਰੀਦਾਂਗੇ। ਬਲਕਿ ਉਹਨਾਂ ਨੇ ਤਾਂ ਇਹ ਉਲਟ ਵੀ ਕਿਹਾ ਸੀ ਵੀ ਇਹਦੇ ਤੋਂ ਬਿਨਾਂ ਅਸੀਂ ਕੋਈ ਹੋਰ ਨਹੀਂ ਖਰੀਦਾਂਗੇ। ਤੇ ਅੱਜ ਮੈਂ ਤੁਹਾਡੇ ਧਿਆਨ ਚ ਲਿਆਉਣੀ ਚਾਹੁੰਦਾ ਇਹ ਗੱਲ ਕਿ GC ਗੁਰਦਾਸਪੁਰ ਦੀ ਰਜ਼ਾਮੰਦੀ ਨਾਲ, DFSC ਗੁਰਦਾਸਪੁਰ ਦੀ ਰਜ਼ਾਮੰਦੀ ਨਾਲ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਘਮਾਨ ਮੰਡੀ ਚ 2100 ਰੁਪਏ ਦਾ ਰੇਟ ਤੈਅ ਕਰਕੇ ਛਿੱਲ ਵਾਲੇ ਨਾਲ ਕਿਸਾਨਾਂ ਦੀ ਜਿਹੜੀ ਮਤਲਬ ਝੋਨੇ ਦੀ ਲੁੱਟ ਉਹਦਾ ਮਤਲਬ ਆਫੀਸ਼ਲੀ ਐਲਾਨ ਕਰ ਦਿੱਤਾ ਗਿਆ। ਸੋ ਮੈਂ ਮੁੱਖ ਮੰਤਰੀ ਸਾਹਿਬ ਦੇ ਸਾਰੇ ਉਹਨਾਂ ਅਧਿਕਾਰੀਆਂ ਦੇ ਜਿਨ੍ਹਾਂ ਨੇ ਐਲਾਨ ਕੀਤੇ ਸੀ ਔਰ ਜਿਨ੍ਹਾਂ ਵੱਲੋਂ ਇਹ ਭਰੋਸਾ ਕਿਸਾਨਾਂ ਨੂੰ ਦਵਾਇਆ ਗਿਆ ਸੀ, ਮੈਂ ਉਹਨਾਂ ਸਾਰਿਆਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਇਹੀ ਹਾਲ ਅੰਮ੍ਰਿਤਸਰ ਦੀਆਂ ਮੰਡੀਆਂ ਚ ਹੋ ਰਿਹਾ ਹੈ।
बहुत सारा इस तरह का ही हाल आने वाले दिनों दे विच बाकी मंडियां च होने वाला है। सो जेकर सरकार इमानदारी नाल जो साडी पिछली मीटिंग च एक सुझाव सी दिता सी सरकार नूं कि इस वेले राइस मिलर किसी कीमत ते एग्रीमेंट करने वास्ते तुहाडे नाल तैयार नहीं, क्योंकि वह पिछे स्पेस ना होण करके नवा रिस्क नहीं लेना चाहते। इस वास्ते राइस मिलरां तों SKM ने जिहड़ी आ स्पेस ओ अपने विश्वास दे उत्ते जिहड़ी आ सरकार नूं देण दा वचन लिया सी, राइस मिलर अज भी उस वचन दे उत्ते सारे पंजाब दे पाबंद ने। उहदे नाल यक लगत मंडियां दी परचेज जिहड़ी है ओ अज चालू हो सकदी है। सरकार ने उदन साडे तों 2 दिन मंगे सी कि असीं 2 दिनां च इस ऑफर दे उत्ते तुहानूं फैसला जिहड़ा है ਉਹ ਅੱਜ ਸੁਣਾਵਾਂਗੇ। ਅੱਜ 3 ਵਜੇ ਉਹਨਾਂ ਨੇ ਸਾਨੂੰ ਜਿਹੜਾ ਇਹਦਾ ਸਮਾਂ ਦਿੱਤਾ ਸੀ ਤੇ ਇਹ ਫੈਸਲਾ ਲਾਗੂ ਕੀਤੇ ਬਿਨਾਂ ਨਾ ਕਿਸਾਨ ਦਾ ਭਲਾ ਹੋ ਸਕਦਾ, ਨਾ ਆੜ੍ਹਤੀ ਦਾ ਹੋ ਸਕਦਾ, ਨਾ ਰਾਈਸ ਮਿਲਰ ਦਾ ਹੋ ਸਕਦਾ, ਨਾ ਮਜ਼ਦੂਰਾਂ ਦਾ ਹੋ ਸਕਦਾ, ਨਾ ਪੰਜਾਬ ਦਾ ਹੋ ਸਕਦਾ। ਸੋ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਬਹੁਤ ਇਮਾਨਦਾਰੀ ਨਾਲ ਸ਼ੈਦਰਾਂ ਨੇ ਇਹ ਵਿਸ਼ਵਾਸ ਦਵਾਇਆ, ਉਹਨਾਂ ਇਹ ਵੀ ਕਿਹਾ ਕਿ ਤੁਹਾਡੇ ਨਾਲ ਦਾ ਅਸੀਂ ਨੁਕਸਾਨ ਨਹੀਂ ਹੋਣ ਦਿੰਦੇ, 4 ਦੀਵਾਰੀਆਂ ਦੇ ਅੰਦਰ ਜਿੰਨੀਆਂ ਬੋਰੀਆਂ ਲਾਓਗੇ ਗਿਣਤੀ ਨਾਲ ਉਨੀਆਂ ਬੋਰੀਆਂ ਚੋਂ ਜਦੋਂ ਮਰਜ਼ੀ ਆ ਕੇ ਗਿਣ ਲਿਓ। ਸੋ ਜਿੱਥੋਂ ਤੱਕ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕੋਈ ਧਰਨਿਆਂ ਦੀ ਲੋੜ ਨਹੀਂ ਪਏਗੀ, ਕੋਈ ਮੁਜ਼ਾਹਰਿਆਂ ਦੀ ਲੋੜ ਨਹੀਂ ਪਏਗੀ। ਅੱਜ ਮੁੱਖ ਮੰਤਰੀ ਸਾਹਿਬ ਦਿੱਲੀ ਤੋਂ ਆ ਕੇ ਫੈਸਲਾ ਕਰਨ ਕਿ ਜੋ ਸ਼ੈਦਰਾਂ ਵਾਲੇ ਆਪਣੀ ਸਪੇਸ ਦੇਣਗੇ ਕੰਮ ਸ਼ੁਰੂ ਹੋਏਗਾ, ਨਹੀਂ ਤਾਂ ਜੋ ਐਲਾਨ ਕੀਤੇ ਨੇ ਉਸ ਤੋਂ ਵੀ ਆਪਣੇ ਆਪ ਹੀ ਜਿਹੜਾ ਸਾਰਾ ਪੰਜਾਬ ਸੜਕਾਂ ਦੇ ਉੱਤੇ ਆ ਜਾਏਗਾ। ਬਹੁਤ ਮਿਹਰਬਾਨੀ, ਧੰਨਵਾਦ। ਆਹੂਜਾ ਜੀ ਰਵੀ, ਆਹੂਜਾ ਜੀ ਵਪਾਰ ਮੰਡਲ ਆ ਜਾਓ ਜੀ, ਇੱਥੇ ਇਹ ਕੁਰਸੀ ਤੇ ਆ ਜਾਓ। ਪੰਜਾਬ ਪ੍ਰਦੇਸ਼ ਵਪਾਰ ਮੰਡਲ ਪਹਿਲਾਂ ਵੀ ਕਿਸਾਨ ਮੋਰਚੇ ਨਾਲ ਖੜਾ ਸੀ ਤੇ ਅੱਗੇ ਵੀ ਹਮੇਸ਼ਾ ਵਾਸਤੇ ਖੜਾ ਰਹੇਗਾ। ਅਸੀਂ ਨੀ ਕਿਹਾ ਵੀ ਖਰੀਦ ਨਹੀਂ ਜਾਵੇਗੀ, ਇਹ ਸਰਕਾਰ ਨਹੀਂ ਕਰ ਰਹੀ, ਅਸੀਂ ਤਾਂ ਉਹਦਾ ਵਿਰੋਧ ਕਰ ਰਹੇ ਹਾਂ। ਸਰਕਾਰ ਖਰੀਦ ਕਰਾਵੇ, ਰੌਲਾ ਤਾਂ ਇਹੀ ਹੈ। ਤੁਸੀਂ ਕਹਿ ਰਹੇ ਹੋ ਨੀ ਰਹੀ ਜੀ, ਸਰਕਾਰ ਵੀ ਕਹਿ ਰਹੀ ਹੋ ਨੀ ਰਹੀ, ਫਿਰ ਸਰਕਾਰ ਦੀ ਗੱਲ ਕੀ ਹੈ? ਸਾਡੇ ਪਾਰਟ ਤੇ ਤਾਂ ਨੀ, ਅਸੀਂ ਤਾਂ ਕਹਿਣਾ ਖਰੀਦ ਕਰੋ। ਪੰਜਾਬ ਸਰਕਾਰ ਨੇ ਕਹਿ ਕੇ ਲਵਾਈ ਹੈ ਤੇ ਹੁਣ ਹਾਈਬ੍ਰਿਡ ਦੀ ਗੱਲ ਕਰ ਰਹੇ। ਦੇਖੋ ਝੋਨਾ ਹਮੇਸ਼ਾ ਜਦੋਂ ਵੀ ਆਉਂਦਾ ਮੰਡੀ ਵਿਚ ਸਰਕਾਰ, ਇਹ ਐਤਕੀ ਪਹਿਲੀ ਵਾਰੀ ਏਦਾਂ ਦੇ ਬਖਰੇਵੇਂ ਖੜੇ ਹੋਏ ਆ, ਕਦੀ ਨੀ ਹੋਇਆ। ਹਮੇਸ਼ਾ ਸਾਰਾ ਝੋਨਾ ਸਰਕਾਰ ਖਰੀਦੀ ਰਹੀ ਹੈ, ਐਤਕੀ ਉਹ ਏਦਾਂ ਦੇ ਬਖਰੇਵੇਂ ਖੜੇ ਕਰ ਰਹੀ ਹੈ। ਅਸਲ ਚ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਖਰੀਦ ਦੇ ਮਾਮਲੇ ਚ। ਇੰਨੀ ਵੱਡੀ ਫੇਲਿਅਰ ਇਤਿਹਾਸ ਵਿਚ ਕਿਤੇ ਨੀ ਮਿਲਣੀ ਵੀ 1 ਤਰੀਕ ਦੀ ਸ਼ੁਰੂ ਹੋਣ ਵਾਲੀ ਪ੍ਰੋਕਿਓਰਮੈਂਟ ਹਾਲੇ ਅੱਜ ਤੱਕ ਠੀਕ ਢੰਗ ਨਾਲ ਪ੍ਰੋਕਿਓਰਮੈਂਟ ਹੀ ਨਹੀਂ ਹੋ ਰਹੀ, ਕਿਤੇ ਕੋਈ ਡਰਾ ਡਰੂ ਕੇ ਭਾ ਲਵਾ ਲੇ ਇਹਨੂੰ। ਸ਼ੈਲਰਾਂ ਨੇ ਮਨਾ ਕੀਤਾ ਸੀ 126 ਹਾਈਬ੍ਰਿਡ ਤੋਂ, ਉਹ ਕੀ ਸਮੱਸਿਆ ਹੈ, ਕਿਉਂ ਮਨਾ ਕੀਤਾ ਜਾ ਰਿਹਾ? ਉਹ ਹੁਣ ਮੇਰੇ ਖਿਆਲ ਚ ਉਹਨਾਂ ਨੇ ਯੂਨੀਵਰਸਿਟੀ ਤੋਂ ਸੈਂਪਲ ਸੂਪਲ ਲਏ, ਉਹ ਇੱਕ ਵੱਖਰਾ ਵਿਸ਼ਾ ਹੈ। ਉਹਦੀ ਰਾਈਸ ਮਿਲਰਸ ਨੂੰ ਉਹਦੇ ਨਾਲ ਸਰਕਾਰ ਨੇ ਐਡਜਸਟ ਕਰਨਾ, ਕਿਸਾਨਾਂ ਨੇ ਨਹੀਂ। ਸਰਕਾਰ ਨੇ ਆਪ ਕਹਿ ਕੇ 126 ਲਵਾਈ ਹੈ, ਮੁੱਖ ਮੰਤਰੀ ਨੇ ਜਦੋਂ ਆੜ੍ਹਤੀਆਂ ਨੇ ਰਾਈਸ ਮਿਲਰਸ ਨੇ ਉਸ ਵੇਲੇ ਕਿਹਾ ਵੀ 126 ਨਾ ਬੀਜਿਓ, ਮੁੱਖ ਮੰਤਰੀ ਨੇ ਐਲਾਨ ਕੀਤਾ ਬਕਾਇਦਾ ਵੀ 126 ਲਾਓ, ਸਭ ਦੀ ਵਿਕੂ, ਤੇ ਹੁਣ ਮੁੱਖ ਮੰਤਰੀ ਕਿੱਥੇ ਹੈ? ਤੁਹਾਡੇ ਸਾਥੀ ਜਿਹੜੇ ਬੈਠ ਚੁੱਕੇ ਸੀ, ਵਿਜੇ ਕਾਲੜਾ ਜੀ ਜਾਂ ਭਾਰਤ ਭੂਸ਼ਣ ਮਹਿਤਾ ਜੀ, ਸੁਰਜੀਤ ਸਿੰਘ ਜੀ, ਉਹ ਕੇਂਦਰ ਨਾਲ ਜਿਹੜੀ ਗੱਲਬਾਤ ਹੋਈ ਉਹਦੇ ਵਿੱਚ ਸ਼ਾਮਿਲ ਹੋ ਗਏ ਸੀ, ਦਿੱਲੀ ਗਏ ਸੀ, ਤੁਸੀਂ ਪੈਦਲ ਬੈਠ ਕੇ ਰੱਖ ਕੇ ਕਾਲ ਦੇ ਰਹੇ ਹੋ, ਸਾਡੀ ਮੀਟਿੰਗ ਪਹਿਲਾਂ ਹੀ ਅਨਾਊਂਸ ਸੀ, ਉਹ ਤੁਹਾਨੂੰ ਅਸੀਂ ਆਪਣੇ ਪ੍ਰੋਗਰਾਮ ਦੱਸੇ ਨੇ,
की निकलूगा जो खरीद शुरू हो जू मसला हल हो प्रोग्राम सोच लागे। ठीक है जी, धन्यवाद जी, बहुत सारे।